ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਕਿੱਦਾਂ ਸਾਰੇ ਠੀਕ ਠਾਕ? ਆਪਾਂ ਕਰਦੇ ਹਾਂ ਛੋਟੇ ਜਿਹੇ ਵਲੋਗ ਦੀ ਸ਼ੁਰੂਆਤ, ਅਤੇ ਮੈਂ ਜਾ ਰਿਹਾ ਬਾਜ਼ਾਰ ਥੋੜ੍ਹਾ ਸਮਾਨ ਸਮੂਨ ਲਿਆਉਣ ਵਾਸਤੇ। ਰਸੋਈ ਦਾ ਕੰਮ ਸ਼ੁਰੂ ਲੱਗੇ ਕਰਨ ਆਪਾਂ, ਮੈਂ ਕਿਹਾ ਸਲੈਬ ਸਲੂਬ ਪਾ ਦਈਏ ਵਗੈਰਾ, ਅਤੇ ਥੋੜ੍ਹਾ ਬਹੁਤ ਸਮਾਨ ਆ ਗਿਆ, ਇੱਧਰ ਰੱਖਿਆ ਲਿਆ ਗਿਆ, ਕੱਲ੍ਹ ਆ ਗਿਆ ਸਮਾਨ ਥੋੜ੍ਹਾ ਬਹੁਤ। ਪਲਾਈਆਂ ਆਈਆਂ ਥੋੜ੍ਹੀਆਂ ਪਲਾਈਆਂ ਘੱਟ ਵਾ, ਮੈਂ ਕਿਹਾ ਲੈ ਆਉਂਦੇ, ਮੰਮੀ ਵੀ ਆ ਗਏ ਸਵੇਰੇ ਸਵੇਰੇ। ਇੱਧਰ ਆਹ ਸਨਮੈਕਾ ਲਿਆਂਦਾ ਸੀ, ਲਿਆਂਦੀਆਂ 8-10 ਸੀਟਾਂ ਹੈਗੀਆਂ, ਇਹ ਮੈਂ ਕਿਹਾ ਅੰਦਲੀ ਸ਼ਹਿਰ ਲੈ ਦਾਂਗੇ ਲਾਈਨਰ ਵਾਲੇ ਬੰਨੇ, ਫਰੰਟ ਦਾ ਮਾਈਕਾ ਬਾਅਦ 'ਚ ਲਿਆਵਾਂਗੇ। ਹੁਣ ਪਲਾਈਆਂ ਘੱਟਦੀਆਂ ਬੈਗ ਦੀਆਂ, ਮੈਂ ਬਕਸੇ ਬਣਾਏ ਨਾਲੇ ਪਾਵੇ ਲਾ ਦੀ ਸਟੀਲ ਦੇ ਉਹਨੂੰ ਬਣਾ ਕੇ ਬਕਸੇ, ਅਤੇ ਆਹ ਪਲਾਈਆਂ 2 ਕੱਲ੍ਹ ਦੀਆਂ ਪਈਆਂ ਪਰਸੋਂ ਦੀਆਂ, ਇਹ ਵੀ ਆਪਾਂ ਕੱਟ ਵੱਢ ਦੇਣੀ ਅੱਜ। ਅੱਜ ਵੀਰ ਨੂੰ ਕਿਹਾ ਸੀ, ਅੱਜ ਆਇਆ ਨਹੀਂ ਉਹ ਕੰਮ ਚੱਲ ਗਿਆ ਜ਼ਰੂਰੀ। ਹੁਣ ਮੈਂ ਚੱਲਿਆ ਵਾਂ ਲੱਕੜ ਮੰਡੀ, ਥੋੜ੍ਹਾ ਸਮਾਨ ਲਿਆਈਏ, ਫਿਰ ਮਿਲਦੇ ਹਾਂ ਤੁਹਾਨੂੰ ਲੱਕੜ ਮੰਡੀ ਜਾ ਕੇ। ਵੇਖਾਂਗੇ ਪਲਾਈ ਕੋਈ, ਆਹ 6 ਆ ਭਾਜੀ, ਇਹ 6 ਭਾਜੀ ਕਿੱਦਾਂ ਪੈਣੀ ਹੈ ਆਪਾਂ ਨੂੰ? ਮਾਲ ਲੱਦ ਲਿਆ, ਚੱਲੀ ਹੁਣ ਘਰ ਨੂੰ ਵਾਪਸ। ਲੈ ਵੀ ਇੱਥੋਂ ਪੀਂਦੇ ਹਾਂ ਲੈਮਨ, ਫਿਰ ਚੱਲਦੇ ਹਾਂ, ਗਰਮੀ ਬੜੀ। ਹਾਂਜੀ, ਨਹੀਂ ਸਵੇਰ ਦੇ ਵਜ ਮੱਤ ਵੱਜ ਗਈ, ਗੱਡਾ ਪਕਾ ਲਿਆ ਸਾਫ, ਬੋਰਡ ਕਟਿੰਗ ਲੱਗੇ ਕਰਨ, ਖਰਬੂਜੇ ਆ ਗਏ। ਕੀ ਖਰਬੂਜਾ? ਉਹ ਤਾਂ ਆ ਪਿਆ, ਹੋਰ ਨਹੀਂ ਲੈਣਾ ਬਸ। ਨਹੀਂ 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 ਯਾਰ, ਉਹ ਨਹੀਂ ਖਾਣਾ, ਇੱਕੋ ਜਿਹੀ ਹੈ ਯਾਰ, ਸਾਰੇ ਮੱਖੀਆਂ ਬਹਿਣਡੀਆਂ। ਡੱਬਾ ਨੀ ਕੋ ਡੱਬਾ, ਆ ਭਾਂਡੇ ਇੱਥੇ ਲਾ ਤੇ, ਹਾਂ ਮੈਂ ਕਿਹਾ ਡੱਬਾ ਨੀ ਫੈਵੀ ਕੋਲ ਪਾਉਣਾ ਸੀ, ਡੱਬਾ ਨੀ ਕੋਈ ਡੱਬਾ ਡੱਬਾ ਨਹੀਂ ਹੈ ਆ। ਪੱਖੀ ਲਾ ਤੀ ਮੈਨੂੰ ਹਵਾ ਵਾਸਤੇ, ਕਹਿੰਦੇ ਤੈਨੂੰ ਗਰਮੀ ਲੱਗਣੀ, ਇਹ ਵੀ ਗਰਮ ਹਵਾ ਮਾਰਨ ਡਈ ਬਸ, ਇਹ ਚਾਲੂ, ਇਹ ਲੋੜ ਬੜਾ ਖਿੱਚਦੀ, ਇਹਨੂੰ ਬੰਦ ਹੀ ਰਹਿਣ ਦੋ ਚੰਗਾ। ਮੈਂ ਜਾਣ ਬੱਚ ਗਿਆ, ਆਪ ਹੀ ਬੰਦ ਕੀਤੀ, ਉਹ ਬੂਰਾ ਬੜਾ ਉੱਡਦਾ, ਜੋ ਵੱਢਣਾ ਨਾ ਲਾਵਾ ਤੇ ਬੂਰਾ ਵੱਢਦਾ। ਇੱਧਰ ਮੈਂ ਬਣਾ ਰਹੀ ਹਾਂ ਕੜਾਹ ਰਵੇ ਦਾ, ਅਤੇ ਮੰਮੀ ਕਹਿੰਦੇ ਮੈਂ ਕੜਾਹ ਖਾਣਾ ਵਾ, ਅਤੇ ਨਾਲੇ ਮੇਰਾ ਵੀ ਦਿਲ ਕਰਦਾ ਪਿਆ, ਮੈਂ ਚੱਲ ਕੜਾਹ ਬਣਾ ਲੈਂਦੀ ਹਾਂ, ਥੋੜ੍ਹਾ ਜਿਹਾ ਬਣਾਇਆ ਵਾ ਕੜਾਹ। ਇਹ ਵੈਸੇ ਘੱਟ ਹੀ ਖਾਂਦੇ ਨੇ ਕੜਾਹ, ਅਤੇ ਥੋੜ੍ਹਾ ਬਹੁਤ ਖਾ ਲੈਂਦੇ ਨੇ, ਜ਼ਿਆਦਾ ਮੈਨੂੰ ਪਸੰਦ ਹੈ ਕੜਾਹ। ਇੱਧਰ ਲਾਇਆ ਟੀ ਵੀ,
ਤੇ ਟੀਵੀ ਦੀ ਆਵਾਜ਼ ਵੀ ਬਹੁਤ ਰੁਕ ਰੁਕ ਕੇ ਆਉਂਦੀ, ਪਤਾ ਨਹੀਂ ਕੀ ਗੱਲ, ਨੈੱਟ ਸਲੋ ਚੱਲਦਾ ਕੀ ਗੱਲ। ਇੱਧਰ ਮੰਮੀ ਵੀ ਸੁੱਤੇ ਹੋਏ ਨੇ ਰੈਸਟ ਕਰਨ ਦੇ, ਸੌਂ ਜਾਓ ਸੌਂ ਜਾਓ। ਇੱਧਰ ਪਾ ਲਿਆ ਮੈਂ ਕੜਾਹ ਪਲੇਟਾਂ ਦੇ ਵਿੱਚ, ਪੂਰਾ ਪੂਰਾ ਆਇਆ ਕੜਾਹ। ਖਾ ਲਓ ਮੰਮੀ, ਤੁਸੀਂ ਖਾਓ ਕੜਾਹ, ਸੇਵਾ ਹੋ ਰਹੀ ਮੰਮੀ ਦੀ। ਖੁਸ਼ ਮੰਮੀ ਵਿਚਾਰੀ ਆਉਂਦੀ, ਮੈਂ ਕੜਾਹ ਖਾਣਾ ਅਤੇ ਮੇਰਾ ਬੜਾ ਦਿਲ ਵੈ ਕਰਨ ਡਿਆ ਸੀ, ਮੈਂ ਚੱਲ ਬਹਾਨੇ ਨਾਲ ਖਾ ਲੈਂਦੀ ਹਾਂ। ਆ ਹੁਣ ਮੈਂ ਇਹਨਾਂ ਨੂੰ ਕੜਾਹ ਦੇ ਕੇ ਆਉਂਦੀ ਹਾਂ, ਜੇ ਬਾਹਰ ਕੰਮ ਕਰਦੇ ਪਏ ਨੇ, ਕਿਚਨ ਦਾ ਸ਼ੁਰੂ ਕੀਤਾ ਨਾ ਕੰਮ ਸਲੈਬ ਦਾ, ਅਤੇ ਤੁਸੀਂ ਕਹਿੰਦੇ ਸਾਰੇ ਜਣੇ ਕਿ ਸਲੈਬ ਨਹੀਂ ਬਣਾਉਂਦੇ, ਸਲੈਬ ਨਹੀਂ, ਹੁਣ ਕਰਦੇ ਪਏ ਸਲੈਬ ਦਾ ਕੰਮ। ਲੈ ਇਹ ਲੈ ਕੇ ਆ ਗਏ ਨੇ ਪੌੜੀ ਜੀ, ਤੁਸੀਂ ਕੀ ਕਰਨ ਲੱਗੇ, ਸਿੰਕ ਲਾਉਣ ਲੱਗੇ ਹੋ, ਸਿੰਕ ਸਿੰਕ ਲੱਗਦਾ ਲਾਉਣੇ, ਉਹਦੇ ਵਿੱਚ ਸਿੰਕ ਪਏ ਹੋਏ ਨਾ ਉੱਪਰ ਵਾਲੇ ਖਾਨੇ 'ਚ, ਧੋਣ ਲੱਗੇ ਨੇ ਸਿੰਕ ਲਾਉਣ। ਜਾਗੀ ਜਾਗੀ ਕੀ ਕੰਮ ਮੰਮੀ, ਦੂਜੀ ਵੀ ਜਗਾਤੀ ਨਾਲ, ਦੂਜਾ ਸੁੱਚ ਬੰਦ ਕਰ। ਲੈ ਕੇ ਆਏ ਮੰਮੀ, ਲੈ ਮੰਮੀ ਵਿਚਾਰੀ ਵੀ ਤੋਰੀਆਂ ਲੈ ਕੇ ਆਈ ਆਪਣੇ ਉੱਧਰ ਪਲਾੜ ਚੋਂ। ਅੱਛਾ ਅੱਛਾ, ਮੰਮੀ ਵਿਚਾਰੀ ਧੁੱਪੇ ਗਏ ਸੀ ਉੱਧਰ, ਮੰਮੀ ਕਹਿੰਦੇ ਚੱਲ ਸਬਜ਼ੀ ਬਣ ਜੂਗੀ, ਧਨੀਆ ਵੀ ਲੈ ਦਿੱਤਾ ਜੀ, ਹੋਰ ਕਰੇਲੇ ਤੁਸੀਂ ਕਹਿੰਦੇ ਸੀ ਲਿਆਉਣੇ, ਲੱਗੇ ਨੀ ਅਜੇ ਉੱਧਰ ਦੋ ਚਾਰ ਭਿੰਡੀ। ਹਾਂ ਮੰਮੀ ਵੀ ਲੈ ਕੇ ਆਈ ਦੋ ਭਿੰਡੀਆਂ ਤੋਰੀਆਂ ਕਰੇਲੇ, ਪਰ ਕਰਦ ਤੇ ਖੜੀ ਨਹੀਂ ਸੀ ਤੇ ਕਾਹਦੇ ਨਾਲ ਕੱਟੀਆਂ। ਅੱਛਾ ਅੱਛਾ ਅੱਛਾ, ਚੱਲ ਠੀਕ, ਗੁੱਡ ਹੋ ਗਿਆ। ਹਾਂਜੀ ਕਿੱਥੇ ਤੱਕ ਪਹੁੰਚਿਆ ਕੰਮ, ਇਹਨਾਂ ਨੂੰ ਆ ਮੈਂ ਪੱਖਾ ਲਾ ਕੇ ਦਿੱਤਾ ਅਤੇ ਇਹਨਾਂ ਬੰਦ ਕਰਤਾ, ਮੈਂ ਕਿਹਾ ਗਰਮੀ ਬਹੁਤ, ਇੱਥੇ ਉੱਪਰ ਲੱਗਾ ਨਹੀਂ ਨਾ ਛੱਤ 'ਤੇ ਪੱਖਾ, ਅਤੇ ਇਹਨਾਂ ਨੇ ਇਹ ਬੰਦ ਕਰਕੇ ਰੱਖਤਾ। ਮੈਂ ਲੈ ਮਾਲ ਵੱਢਤਾ ਆਪਾਂ, ਸਰਮੈਕੇ ਚਮਕ ਆਹ ਕਲਰ ਲਾਵਾਂਗੇ ਰਸੋਈ ਨੂੰ, ਅੰਦਰ ਦੇ ਬਕਸਿਆਂ ਦੇ ਵਿੱਚ ਵਨ ਐਮ ਦੀ ਸ਼ੀਟ, ਅਤੇ ਆਪਾਂ ਨੂੰ ਸਸਤੀ ਮਿਲ ਗਈ ਨਾਲ, ਉਸਤਾਦ ਲੱਗਾ ਅੱਜ ਕਿਚਨ ਤਿਆਰ ਕਰਦੀ ਹੈ, ਮੈਂ ਕਹਿੰਦਾ ਪੱਖੀ ਲਾਈ ਹੈ ਗਰਮ ਹਵਾ ਮਾਰਨ ਡਈ ਹੈ, ਪੱਖੀ ਵੇਖੋ ਸਾਨੂੰ ਗਰਮ ਹਵਾ ਮਾਰਨ ਡਈ ਹੈ ਨਾ, ਇਹ ਵੀਰ ਕਹਿੰਦਾ ਪਹਿਲਾਂ ਵੀ ਕੰਮ ਕਰਦਾ ਰਿਹਾ, ਮੈਂ ਕਿਹਾ ਚੱਲ ਗਵਾਂਢ ਮੱਥੇ ਦਾ ਫਾਇਦਾ ਹੋ ਗਿਆ, ਇੰਨਾ ਹੀ ਕੰਮ ਕਰਦਾ ਰਿਹਾ ਤਾਂ ਚਲੋ ਮਾਮਾ ਫੈਕਲ ਬੜਾ ਪਾ। ਮੈਂ ਕੋਈ ਡੱਬਾ ਦੇ ਦਿੰਦੇ, ਫੈਵੀਕਲ ਡੱਬੇ 'ਚ ਪਾ ਲੈਂਦੇ, ਪੀਸ ਕੋਈ ਹੋਰ ਕੱਟੋ, ਇਹ ਨਹੀਂ ਸਹੀ ਉਹ ਸਹੀ ਆ ਯਾਰ, ਕੀ ਕਰਨ ਡਿਆ, ਸਹੀ ਆ ਉਹ ਜੱਗ 'ਚ ਕਿੱਥੇ ਸ਼ਰਬਤ ਵਾ, ਜੱਗ 'ਚ ਤਾਂ ਆਇਆ ਤੇ ਇੱਧਰ ਨਹੀਂ ਪਾਇਆ।
ਯਾਰ ਐਨ ਨਹੀਂ ਲੱਭਦਾ ਡੱਬਾ ਤੇ ਵੱਡੇ ਮੂਲ ਹੈ ਨਹੀਂ ਕੋਈ ਡੱਬਾ ਅਮੈਰੀਕਨ ਇਹ ਆਪਾਂ ਲਾ ਰਹੇ ਹਾਂ ਸਾਡੇ ਕੋਲ ਅਮੈਰੀਕਨ ਬੌਂਡ ਕੀ ਕਹਿੰਦੇ ਕੀ ਕਹਿੰਦੇ ਵਿੱਚ ਪੈਣਾ ਫੈਵੀ ਕੋਲ ਆਹ ਡੱਬਾ ਵੀ ਛੋਟਾ ਯਾਰ ਹਜ਼ਾਰ ਦੇਣ ਡੇ ਆ ਛੋਟਾ ਡੱਬਾ ਯਾਰ ਨਹੀਂ ਗੱਲ ਬਣਦੀ ਉਸ ਨਾ ਡੱਬਾ ਲੈ ਕੇ ਆਉਣਾ ਪੈਣਾ ਬਾਜ਼ਾਰੋਂ ਸਾਨੂੰ ਵੱਡਾ ਕਿੱਦਾਂ ਚੱਲ ਗਈ ਕੰਮ ਕੀ ਅਸੀਂ ਜਾਣ ਡੇ ਮੈਂ ਕਿਹਾ ਪਾਣੀ ਬਣਾ ਦੇ ਕਿੱਡਾ ਦਾ ਪਤੀਲਾ ਲੈ ਚੁੱਕ ਗਏ ਬੇਚਾਰਾ ਹੁਣ ਆਇਆ ਥੋੜਾ ਕੰਮ ਕਰਾਉਣੇ ਵੀ ਕੰਮ ਤੇ ਜਾਂਦਾ ਤੇ ਮੈਂ ਕਿਹਾ ਚੱਲ 2 ਘੰਟੇ ਲਵਾ ਦੇ ਮੇਰੇ ਨਾਲ ਚੱਲ ਖਾ ਲਓ ਫਿਰ ਤੁਸੀਂ ਨਹੀਂ ਖਾਣਾ ਵਾਹ ਕਿੱਦਾਂ ਫੇਰ ਫੂੰਕ ਬੜੇ ਲੈ ਕਿੱਧਰ ਮਾਰ ਮੁਰ ਕੇ ਲੈ ਆਇਆ ਚਿੰਕਲ ਵੀ ਆ ਗਿਆ ਵਿਚਾਰਾ ਛੁੱਟੀ ਕਰਕੇ ਇੱਥੋਂ ਕੰਮ ਤੋਂ ਮੈਂ ਕਿਹਾ ਚੱਲ 2 ਘੰਟੇ ਮੇਰੇ ਨਾਲ ਲਵਾ ਦੇ ਅਤੇ ਸਵੇਰੇ ਆਉਂਦਾ 2 ਦਿਨ ਮੈਂ ਲਵਾ ਦਿੰਦਾ ਵਾ ਚਲੋ ਚੰਗਾ ਹੀ ਆ ਮੈਂ ਸਮੈਕਾ ਸਮੁਕਾ ਲਾ ਲਈਏ ਰਸੋਈ ਦਾ ਸਮਾਨ ਬਣਾਉਣ ਡਿਆ ਆਪਾਂ ਬੁੱਸੇ ਬੁੱਸੇ ਮੈਂ ਕਿਹਾ ਸਮੈਕਾ ਇਕੱਲੇ ਦਾ ਕੰਮ ਨਹੀਂ ਹੈਗਾ ਸ਼ਰਬਤ ਬਣ ਕੇ ਲੱਗਾ ਹੁਣ ਕਹਿੰਦੇ ਸ਼ਰਬਤ ਲੱਗੀ ਬਣਾਉਣ ਬਣਾ ਕੇ ਆਉਂਦਾ ਸ਼ਰਬਤ ਉਹਨੇ ਆਹ ਚੰਗਲਾ ਵੀ ਵੱਢਣਾ ਯਾਰ ਵੱਢ ਕੇ ਨਾ ਪਾਣੀ ਨੂੰ ਮੈਂ ਕਿਹਾ ਮੈਂ ਨਾ ਅੱਜ ਜੋੜਦੀ ਹੈ ਰਾਤ ਤੀਕ ਅਤੇ ਫਿਰ ਸਵੇਰੇ ਮੈਂ ਭਾਵੇਂ ਸਵੇਰੇ ਥੋੜ੍ਹਾ ਲੇਟ ਹੀ ਆ ਜੀ ਕੋਈ ਗੱਲ ਨਹੀਂ ਅਤੇ ਕੂਲਰ ਕਰਦਾ ਚੱਲੂ ਪਰ ਪਾਣੀ ਵਿੱਚ ਪੈਣ ਵਾਲਾ ਅਤੇ ਇਹਦੇ ਤੜਕਾ ਇਹ ਤੜਕਾ ਲਾਉਂਦੇ ਅਤੇ ਚਲੋ ਮੁੰਡਾ ਆਇਆ ਮੈਂ ਕਿਹਾ ਸ਼ਰਬਤ ਬਣਾ ਦਿਓ ਮੈਨੂੰ ਕਹਿੰਦੀ ਸ਼ਰਬਤ ਬਣਾ ਦਿੰਦੀ ਗ੍ਰੀਨ ਬਣਾਇਆ ਗ੍ਰੀਨ ਵਾਲਾ ਚੰਗਾ ਟਿਫਿਨ ਲਾਇਆ ਅੱਜ ਹਾਂਜੀ ਆਵਾਜ਼ ਨਹੀਂ ਆਉਂਦੀ ਟੀ ਵੀ ਦੀ ਕੂਲਰ ਕਰਕੇ ਸਾਡੀ ਆਵਾਜ਼ ਵੀ ਘੱਟ ਸੁਣਦੀ ਪਾਓ ਸਕੂਟਰੀ ਮਾੜੀ ਜਿਹੀ ਅੱਗੇ ਕਰ ਲਾ ਯਾਰ ਰਾਹ 'ਚ ਲੱਗੀ ਪਈ ਹੈ ਹੈਂ ਮੈਂ ਨਾ ਮੁੜ ਕੇ ਕੋਈ 20 ਨੰਬਰ ਕਿੱਲ ਨਹੀਂ ਹੈਗੇ ਲੈਂਦੇ ਨਹੀਂ ਤੇ ਹਵਾ ਤੇ ਉਹਨਾਂ ਦੀ ਬੜੀ ਭਰੀ ਪਈ ਆ ਸੀਟਾਂ ਥੋੜੀਆਂ ਜਿਹੀਆਂ ਹੁਣ ਉਹ ਜਿਹੀਆਂ ਮਿਲ ਗਈਆਂ ਸੀ ਨਾ ਦੂਜਾ ਮਾਰਦੇ ਮਾਰਨਾ ਵੱਡਾ ਲੈ ਵੀ ਤਿਆਰੀ ਆਪਾਂ ਕਰ ਸਨਮੈਕਾ ਆਪਾਂ ਲਾ ਤਾ ਤਹਿ ਲਾ ਤੀ ਆ ਹੁਣ ਤਹਿ ਲਾ ਦੀ ਮੈਂ ਕਿਹਾ ਸਵੇਰ ਤੱਕ ਸੁੱਕ ਜੂਗਾ ਸਨਮੈਕਾ ਫਿਰ ਸਵੇਰੇ ਬਕਸੇ ਠੋਕ ਦਾਂਗੇ ਅਜੇ ਮਾਲ ਪੂਰਾ ਨਹੀਂ ਹੋਇਆ ਵੈਸੇ ਵੱਢਣ ਵਾਲਾ ਪਿਆ ਅਜੇ ਕਾਫੀ ਮੈਂ ਕਿਹਾ ਟਾਈਮ ਵਾਲਾ ਹੋ ਗਿਆ 9:30 ਹੋ ਗਿਆ ਹੁਣ ਅਤੇ ਹੁਣ ਚਲੋ ਕਰ ਦਿੰਦੇ ਇਕੱਠਾ ਇਹਨੂੰ ਹੁਣ ਕਰ ਦਈਏ ਸਮਾਨ ਮੈਂ ਇਕੱਠਾ ਮਿਲਦੇ ਤਾਂ ਗਰਮੀ ਬਹੁਤ ਜ਼ਿਆਦਾ ਕਿਉਂ ਜੰਗਲ ਗਰਮੀ ਆ ਗਈ ਨਹੀਂ ਗਰਮੀ ਬਹੁਤ
ਆ ਪਲਾਈ ਬੋਰਡ ਉੱਤੇ ਰੱਖਦੇ ਹਾਂ, ਭਾਰ ਪਾ ਦਾਂਗੇ। ਚਲੋ ਵੀ ਅਜੋ ਕਰਦੀ ਯਾਰ ਪਲਟੀ ਉੱਪਰ ਇਹਦੇ ਰੱਖਦੀ। ਚਲੋ ਕੋਈ ਨਹੀਂ। ਲਓ ਜੀ ਰੋਟੀ ਆਪਣੀ ਆ ਗਈ ਆ। ਲਓ ਜੀ ਲੰਗਰ ਪਾਣੀ ਛਕ ਲਿਆ ਆਪਾਂ, ਉਹ ਵੀਰ ਵੀ ਚੱਲ ਗਿਆ ਸੀ ਅਤੇ ਹੁਣ ਆਪਾਂ ਆਏ ਹਾਂ ਥੋੜ੍ਹਾ ਬਹੁਤ ਸੈਰ ਸਪਾਟਾ ਕਰਨ। ਟਾਈਮ ਹੋ ਗਿਆ 11 ਵਜੇ ਦਾ, ਠੀਕ ਹੈ ਜੀ। ਕਲੋਨੀ ਦੇ ਵਿੱਚ ਥੋੜ੍ਹਾ ਮੈਂ ਘੁੰਮ ਫਿਰ ਲੈਂਦੇ ਹਾਂ, ਸਵੇਰ ਦੇ ਕੰਮ ਕਾਰ 'ਤੇ ਲੱਗੇ ਸੀ ਅਤੇ ਹੁਣ ਮੈਂ ਚਲੋ ਗੇੜੀ ਛੇੜੀ ਮਾਰ ਲੈਂਦੇ ਇੱਧਰ ਉੱਧਰ, ਹੈ ਨਾ। ਫੈਸਲੇ ਨਾਲ ਠੰਡਾ ਮਾਹੌਲ, ਸਭ ਕੁਛ ਸਾਫ਼ ਸੁਥਰੀ ਹਵਾ, ਉਹਦਾ ਸੜਕ ਕੋਈ ਨਹੀਂ ਹੈਗੀ। ਆਹ ਲਾਈਟਾਂ ਰੋਜ਼ ਵਿਖਾਉਣ ਆ ਜਾਂਦੇ, ਲਾਈਟਾਂ ਵੀ ਨਹੀਂ ਸੋਹਣੀਆਂ ਲੱਗਦੀਆਂ। ਆਹ ਘੱਟ ਜਗਦੀ ਥੋੜ੍ਹੀ ਅੱਜ, ਇਹ ਚਾਰਜ ਘੱਟ ਹੋਈ ਲੱਗਦੀ। ਲਓ ਜੀ ਸੈਰ ਕਰਕੇ ਆਪਾਂ ਆ ਗਏ ਹਾਂ ਅਤੇ ਹੁਣ ਕੱਪੜੇ ਧੋਣੇ ਪਾ ਗਏ ਸੀ, ਉਹਨਾਂ ਨੇ ਮਸ਼ੀਨ 'ਚ ਕੱਢ ਦਈਏ। ਚਲੋ ਆਹ ਸਮਾਨ ਸੁਣਾ ਆਪਾਂ ਰਹਿਣ ਦਾ ਇੱਥੇ ਪਿਆ ਫਿਲਹਾਲ ਸਵੇਰੇ, ਫਿਰ ਬਾਕੀ ਆਪਣਾ ਮੋਟਰਸਾਈਕਲ ਇੱਥੇ ਲੱਗਾ, ਗੱਡੀ ਬਾਹਰ ਹੀ ਲੱਗੀ ਹੈ ਫਿਲਹਾਲ। ਬਾਕੀ ਚਲੋ ਸਵੇਰੇ ਕਰਾਂਗੇ ਤਾਂ ਸਟਾਰਟਿੰਗ, ਰਾਮਦਾਸ ਦੀ ਕਿਰਪਾ ਨਾਲ ਇੱਥੇ ਬਕਸੇ ਬੁਕਸੇ ਬਣਾਵਾਂਗੇ ਸਵੇਰੇ, ਜੁੜੇ ਰਹੋ ਵਲੋਗ ਦੇ ਨਾਲ। ਆਹ ਟਾਈਮ ਕਰੋ ਚੱਕ, ਤੁਸੀਂ 11:30 ਹੋ ਗਏ। ਉਹ ਸਿੰਕ ਲਿਆ ਕੇ ਰੱਖਿਆ, ਤੁਹਾਨੂੰ ਸਿੰਕ ਵਿਖਾ ਲੈਣੇ ਸੱਚ। ਸਿੰਕ ਹੀ ਹੁੰਦਾ ਨਾ ਕਿ ਸਿੰਕ ਹੁੰਦਾ ਹੈਂਡ, ਸਿੰਕ ਹੁੰਦਾ ਨਾ, ਸਿੰਕ ਕਹਿੰਦੇ ਹੈ ਨਾ, ਸਿੰਕ ਹੁੰਦਾ। ਆਹ ਸਿੰਕ ਵਾ, ਇਹ 3 ਫੁੱਟ ਦਾ ਸਿੰਕ ਲਿਆ ਕੇ ਰੱਖਿਆ, ਇਹ ਬਕਸਾ ਬਣਾ ਕੇ ਦੇ ਉੱਪਰ ਇਹਦੇ ਹੈਂਡ ਕਰ ਦੇਣਾ ਹੈ। ਬਾਕੀ ਇਹਦਾ ਸਿਸਟਮ ਜੋ ਵੀ ਆ, ਫਿਟਿੰਗ ਫੁਟਿੰਗ ਸਪੇਅਰ ਸਪਾਟ ਸਾਰਾ ਨਾਲ ਹੀ, ਸਪੇਅਰ ਪਾਰਟ ਇਹਦਾ ਜੋ ਵੀ ਹੈ। ਚਲੋ ਕੱਲ੍ਹ ਫਿਟਿੰਗ ਕਰ ਦੇਣਾ ਆਪਾਂ ਜੇ ਹੋ ਗਿਆ, ਅਤੇ ਜੇ ਨਾ ਹੋਇਆ ਤਾਂ ਫਿਰ ਪਰਸੋਂ ਕਰ ਦਾਂਗੇ ਫਿਟਿੰਗ। ਹਾਂ ਜੀ, ਆਹ ਆਪਣੀ ਰਸੋਈ ਹੈਗੀ ਆ, ਇਹ ਨਹੀਂ 7 ਫੁੱਟ ਹੈ ਇਹਨੂੰ ਅਤੇ 11 ਫੁੱਟ ਹੈਗੀ ਇੱਧਰੋਂ ਲੰਬਾਈ ਇਹਦੀ, ਅਤੇ ਇਹਦਾ ਸ਼ਿੰਕ ਛੱਡਿਆ ਇੱਥੋਂ 3 ਫੁੱਟ ਦੇ, ਅੱਗੇ ਗੈਸ ਵਾ, ਫਿਰ ਉਸ ਹਿਸਾਬ ਨਾਲ ਜੋ ਵੀ ਸੈਟਿੰਗ ਆਉਂਦੀ ਜਾਏਗੀ ਉਸ ਹਿਸਾਬ ਨਾਲ ਆਪਾਂ ਐਲ ਘੁੰਮਾਉਣਾ ਉੱਥੇ ਤੱਕ। ਬਾਕੀ ਫਰਿੱਜ ਵੀ ਲੱਗਣੀ ਹੈ, ਇੱਧਰ ਹੀ ਬਕਸੇ ਬਣਨੇ, ਇੱਧਰ ਹੀ ਬਣਨੇ ਆ, ਅਤੇ ਬਾਕੀ ਜਿੰਨੇ ਸਾਡੇ ਕੋਲ ਬਕਸੇ ਬਣਨਗੇ, ਜਿੰਨਾ ਕੁ ਆਪਾਂ ਸਮਾਨ ਲੈਂਦਾ ਉਸ ਹਿਸਾਬ ਨਾਲ ਆਪਾਂ ਬਕਸੇ ਬਣਾ ਦੇਣੇ ਆ। ਬਾਕੀ ਫਿਰ ਪੇਂਟਿੰਗ ਕਰ ਦਾਂਗੇ, ਥੋੜ੍ਹਾ ਟਾਈਮ ਪੇਂਟਿੰਗ ਕਰ ਦਾਂਗੇ, ਕਿਉਂਕਿ ਪੇਂਟਿੰਗ ਪਾ ਦਾਂਗੇ ਕੰਮ, ਕਿਉਂਕਿ ਜਿਸ ਹਿਸਾਬ ਨਾਲ ਜੋ ਹੈਗਾ ਸਮਾਨ ਉਸ ਹਿਸਾਬ ਨਾਲ ਆਪਾਂ ਲਾ ਦਾਂਗੇ, ਅਤੇ ਬਾਕੀ ਆਪਾਂ ਫਿਰ ਕਰ ਦਾਂਗੇ। ਉੱਥੇ ਚਿਮਣੀ ਲਾ ਦਾਂਗੇ 3 ਫੁੱਟ ਦੀ, ਅਤੇ ਬਾਕੀ ਅਜੇ ਇੱਧਰ ਭਾਂਡੇ ਵਾਲਾ ਰੈਕ ਇੱਧਰ ਲੱਗ ਜਾਏਗਾ, ਹੈ ਨਾ। ਇੱਥੇ ਫਿਲਟਰ ਦਾ ਵੀ ਕਵਰ ਕਰਨਾ ਹੋਣਾ, ਫਿਲਟਰ ਤਾਂ ਸੋਚਦੇ ਹਾਂ ਕਿ ਉਹ ਨੁੱਕਰ 'ਚ ਕਰੀਏ, ਕਿੱਥੇ ਕਰੀਏ ਸੋਚਦੇ ਹਾਂ ਅਜੇ। ਅਤੇ ਆਹ ਤਾਂ ਵੇਲੇ ਟੈਂਪਰੇਰੀ ਲਾਇਆ ਵੈਸੇ ਪਾਣੀ ਪੂਣੀ ਪੀਣ ਵਾਸਤੇ, ਇਹ ਟੈਂਪਰੇਰੀ ਲਾਇਆ ਅਜੇ, ਚੱਲੀ ਜਾਇਆ ਕੰਮ। ਇੱਥੇ ਛੱਟਾ ਜਿਹਾ ਲੱਗਣਾ ਛੋਟਾ ਜਿਹਾ ਅਜੇ, ਬਾਕੀ ਸੋਚਿਆ ਤਾਂ ਹੈਗਾ ਵਾ ਨਕਸ਼ੇ ਦੇ ਵਿੱਚ, ਜਿੱਦਾਂ ਦਾ ਸੋਚਿਆ ਉਸ ਹਿਸਾਬ ਨਾਲ। ਚਲੋ ਦੇਖਾਂ ਕਰਕੇ ਜੋ ਆਉਂਦੇ ਹੁੰਦੇ ਨਾ, ਆਪਣਾ ਨਕਸ਼ਾ ਤਾਂ ਆਪਾਂ ਬਣਾ ਕੇ ਰੱਖਿਆ ਰਸੋਈ ਦਾ, ਇੱਧਰ ਕੱਲ੍ਹ ਸ਼ੋ ਆਫ ਕਰਾਂਗੇ ਆਪਾਂ ਕਿੱਦਾਂ ਵਾ ਕਿਵੇਂ, ਹੈ ਨਾ। ਅਤੇ ਰਸੋਈ ਤਾਂ ਚਲੋ ਸਾਡੀ ਇੰਨੀ ਵੀ ਛੋਟੀ ਨੀਗੀ ਹੈਗੀ, ਬੜੀ ਹੁੰਦੀ 7 ਫੁੱਟ ਐਂ ਨੂੰ ਆ, ਅਤੇ 11 ਫੁੱਟ ਇੱਧਰ ਨੂੰ, ਹਾਈਟ ਕਾਫੀ ਆ। ਡੋਰ ਓਪਨ ਹੀ ਰੱਖਿਆ ਆਪਾਂ, ਉੱਪਰੇ ਬਹਿੰਦਾ ਪਹਿਲਾਂ ਸੋਚਿਆ ਕਿ ਉੱਪਰੇ ਬੰਦੇ ਲਮਕਾ ਵਾ ਬੀਮ ਪਾ ਕੇ ਅਤੇ ਇਹਨੂੰ ਕਰਨਾ, ਪਰ ਨਹੀਂ, ਡਿਜ਼ਾਇਨ ਇਸ ਹਿਸਾਬ ਦਾ ਵਾ ਕਿ ਅਸੀਂ ਅਜੇ ਡਿਜ਼ਾਇਨ ਇਸ ਹਿਸਾਬ ਦਾ ਵਾ ਕਿ ਇੱਥੇ ਡਾਟ ਬਣਾ ਕੇ ਲੱਕੜ ਦੇ ਅਸਰ, ਅਤੇ ਉੱਪਰ ਸ਼ੀਸ਼ਾ ਲਾ ਕੇ ਜਿਵੇਂ ਥੋੜ੍ਹਾ ਵਧੀਆ ਤਰੀਕੇ ਨਾਲ ਡੈਕੋਰੇਟ ਕਰ ਦਾਂਗੇ, ਇੱਥੇ ਵੀ ਡਾਟ ਬਣਾਵਾਂਗੇ, ਕਵਰਿੰਗ ਕਰਾਂਗੇ ਪੂਰੀ, ਇਹਦੇ ਨਾਲ ਵੀ ਇਹਨੂੰ ਲਾਟਾਂ ਸ਼ਾਟਾਂ ਲਾ ਕੇ ਐਂ ਕਰਾਂਗੇ ਨੰਬਰ 1 ਵਧੀਆ ਤਰੀਕੇ ਨਾਲ। ਸੋਚਿਆ ਤਾਂ ਹੈਗਾ, ਬਾਕੀ ਜੋ ਪਰਮਾਤਮਾ ਕਰੇਗਾ ਉਦਾਂ ਹੁੰਦਾ ਰਹੇਗਾ। ਅਤੇ ਬਾਕੀ ਇੱਥੇ ਸੋਚਿਆ ਸੀ ਕਿ ਇੱਥੇ ਆਹ ਜਿਹੜੀ ਸੈਟੀ ਹੈ ਨਾ ਆਪਣੀ ਜਿਹੜੀ ਆ, ਹੈ ਨਾ, ਇਹ ਹੈਗੀ
ਕੀ ਇਹਨੂੰ ਕਹਿੰਦੇ ਆ ਜਿਹੜੀ ਪ੍ਰੈਸ ਟੇਬਲ ਜਿਹੜਾ ਵਾ ਇਹਦੀ ਜਗ੍ਹਾ ਛੱਡੀ ਆਪਾਂ 3 ਫੁੱਟ ਦੀ ਇੱਥੇ, ਹੁਣ ਇਹ ਥੋੜ੍ਹਾ ਜਿਹਾ ਵੱਡਾ, ਇਹ ਹੈਗਾ 4 ਫੁੱਟ ਦਾ, ਇਹਨੂੰ ਵੱਢਣਾ ਪੈਣਾ ਵੱਢ ਕੇ ਅਤੇ ਫਿਰ ਇਹਦੇ ਵਿੱਚ ਦੇਵਾਂਗੇ, ਨਹੀਂ ਤਾਂ ਫਿਰ ਦੇਖਦਾਂਗੇ ਇਹਨੂੰ ਇੱਧਰ ਉੱਧਰ ਕਰ ਦਾਂਗੇ ਇਹਨਾਂ ਕੇ ਪਾਸੇ। ਅਤੇ ਬਾਕੀ ਬੈੱਡ ਆਪਣੇ ਲੱਗ ਚੁੱਕੇ ਮਿੱਤਰੋ। ਅਤੇ ਹਾਂਜੀ ਹਾਂਜੀ ਕੀ ਕਰਨ ਡੇ ਹੁਣ, 11 ਵੱਜ ਗਏ, ਹੁਣ ਸੋਵਾਂਗਾ। ਹੈਂ ਵੀ ਕੱਪੜੇ ਮੋਟਰਸਾਈਕਲ ਦੇ ਪਾਤੇ ਸੁੱਕਣੇ, ਸਵੇਰੇ ਪਾ ਦਾਂਗੇ ਸੁੱਕਣੇ। ਚਲ ਆ ਜਾ ਰਹਿਣ ਦੇ ਯਾਰ, ਚਲ ਆ ਛੱਡ ਦੇ ਕਰਦੇ ਬੰਦ। ਹਾਂਜੀ ਇਹ ਸੀ ਅੱਜ ਦਾ ਵਲੋਗ, ਜੇ ਵਲੋਗ ਵਧੀਆ ਲੱਗਾ ਅਤੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਸਾਡਾ ਫੇਸਬੁੱਕ 'ਤੇ ਪੇਜ ਵੀ ਹੈਗਾ, ਉਹਨੂੰ ਫੋਲੋ ਕਰੋ। ਮਿਲਦੇ ਨੈਕਸਟ ਵਲੋਗ 'ਚ, ਬਾਏ, ਗੁੱਡ ਨਾਈਟ, ਸਭ ਰੱਖੋ।